ਭਾਜੀ ਹਾਂਜੀ ਹਾਂਜੀ ਡੋਂਗਾ ਪਾ ਕੇ ਕਿੰਨੇ ਸੀ 663 ਓਏ ਹੋਏ 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 ਤੇ ਸ਼ੁਰੂ ਕਰਦੇ ਆਂ ਜੀ ਬਾਜ਼ੀ 1 ਮਿੰਟ ਦੀ ਇੱਕ ਵਾਰ ਦੋਨਾਂ ਪਰਿਵਾਰਾਂ ਵਾਸਤੇ ਜ਼ੋਰਦਾਰ ਤਾੜੀਆਂ ਜੀ ਭਾਜੀ ਹਾਂਜੀ ਭਾਜੀ ਆਲੂ ਮਟਰ ਦੀ ਸਬਜ਼ੀ ਮਟਰ ਪਨੀਰ ਜਿੰਮੀ ਕੰਦ ਮਟਰ ਖਾਣ 'ਚ ਬੜੇ ਸਵਾਦ ਲੱਗਦੇ ਨੇ ਬਿਲਕੁਲ ਜੀ ਹੈ ਨਾ ਹਾਂਜੀ ਕੱਢਣ 'ਚ ਬੜੇ ਔਖੇ ਲੱਗਦੇ ਆਪਾਂ ਨੂੰ ਕੱਢਣ 'ਚ ਵੀ ਨਹੀਂ ਔਖੇ ਲੱਗਦੇ ਕੱਢਦੇ ਹੋ ਘਰੇ ਕੱਢਣੇ ਪੈਂਦੇ ਜੀ ਕਦੇ 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 ਕੱਢਣੇ ਪੈਂਦੇ ਆ ਕਿ ਖੁਸ਼ੀ ਨਾਲ ਕੱਢਦੇ ਹੋ ਖੁਸ਼ੀ ਨਾਲ ਵੀ ਕੱਢਣੇ ਪੈਂਦੇ ਜੀ ਕਈ ਵਾਰੀ ਵੈਸੇ ਵੀ ਕੱਢਣੇ ਪੈਂਦੇ ਮਜਬੂਰੀ ਜੀ ਮਜਬੂਰੀ ਦਬਕਾ ਪੈਂਦਾ ਜਦੋਂ ਦਬਕਾ ਪੈਂਦਾ ਜੀ ਕਿਹਦੇ ਕੋਲੋਂ ਪੈਂਦਾ ਕਈ ਵਾਰੀ ਮੰਮੀ ਕੋਲੋਂ ਪੈਂਦਾ ਜੀ ਕਈ ਵਾਰੀ ਵਾਈਫ ਕੋਲੋਂ ਪੈਂਦਾ ਭਾਜੀ ਘਰ ਦੇ ਕੰਮਾਂ 'ਚ ਹੈਲਪ ਕਰਦੇ ਹੋ ਕਰਾ ਦੇਈਦੀ ਹੈ ਜੀ ਕਰਾ ਦੇਈਦੀ ਹੈ ਭਾਜੀ ਕਦੀ ਕਦੀ ਨਹੀਂ ਜੇ ਮਟਰ ਨਾ ਪਨੀਰ ਹੋਵੇ ਫੇਰ ਕਰਾ ਦਿੰਦੇ ਆ ਪਨੀਰ ਦੀ ਹੈਲਪ ਮੇਰੀ ਹੁੰਦੀ ਹੈ ਮਟਰਾਂ ਦੀ ਜੀ ਅਕਸਰ ਘਰਾਂ 'ਚ ਐ ਹੁੰਦਾ ਕਿ ਮੰਮੀ ਕਿਲੋ ਮਟਰ ਲੈ ਕੇ ਆਂਦੀ ਹੈ ਉਹ ਕੱਢਦੇ ਕੱਢਦੇ ਨਿਕਲਦੇ ਅੱਧਾ ਕਿਲੋ ਜਾਂ ਬਾਕੀ ਜਵਾਕ ਮੁੱਠੀਆਂ ਭਰ ਭਰ ਖਾ ਜਾਂਦੇ ਤੁਹਾਡੇ ਘਰੇ ਕਰਦੇ ਇਦਾਂ ਬਹੁਤ ਜ਼ਿਆਦਾ ਇਹ ਕਰਦੇ ਆ ਅਸੀਂ ਬਹੁਤ ਕੀਤਾ ਬਹੁਤ ਕੀਤਾ ਬਹੁਤ ਕੀਤਾ ਬਹੁਤ ਮਟਰ ਖਾਦੇ ਬਹੁਤ ਖਾਦੇ ਜੇ ਪਨੀਰ ਵੀ ਖਾਦਾ ਹੁੰਦਾ ਸਿਹਤ ਥੋੜੀ ਹੋਰ ਵਧੀਆ ਹੁੰਦੀ ਸ਼ੁਰੂ ਕਰਦੇ ਆ ਜੀ ਬਾਜ਼ੀ 1 ਮਿੰਟ ਦੀ ਬੜਾ ਹੀ ਸੌਖਾ ਰਾਉਂਡ ਹੈ ਭਾਜੀ 1 ਮਿੰਟ ਦਾ ਸਮਾਂ ਮਿਲੇਗਾ ਜੀ ਦੋਨਾਂ ਪਰਿਵਾਰਾਂ 'ਚੋਂ ਇੱਕ ਮੇਲ ਤੇ ਇੱਕ ਫੀਮੇਲ ਮੈਂਬਰ ਨੇ ਇੱਥੇ ਆਉਣਾ ਹੈ ਸਾਹਮਣੇ ਮਟਰ ਪਏ ਨੇ ਇਹ 'ਚੋਂ ਦਾਣੇ ਕੱਢਣੇ ਹੈ ਬਾਅਦ 'ਚ ਆਪਾਂ ਉਹ ਦਾਣਿਆਂ ਦਾ ਵੇਟ ਕਰਾਂਗੇ ਜਿਹੜੇ ਪਰਿਵਾਰ ਨੇ ਸਭ ਤੋਂ ਜ਼ਿਆਦਾ ਦਾਣੇ ਕੱਢੇ ਉਹਨੂੰ ਮਿਲਣਗੇ ਜੀ ਪੂਰੇ 50 ਨੰਬਰ ਆਓ ਜੀ ਭਾਜੀ ਕੌਣ ਆਏਗਾ ਸਭ ਤੋਂ ਪਹਿਲਾਂ ਇਹ ਆਓ ਸਰ ਤੁਸੀਂ ਵੀ ਆਓ ਮੈਮ ਆਓ ਭਾਜੀ ਇਹ ਦੇਖਿਆ ਦੋਸਤ ਇੱਦਾਂ ਦੇ ਹੁੰਦੇ ਵਧੀਆ ਭਾਜੀ ਵਧੀਆ ਨਾ ਹਾਂਜੀ ਮਟਰ ਪਨੀਰ ਘਰੇ ਖਾਣਾ ਹੋਵੇ ਕਦੀ ਬੁਲਾਇਆ ਉਹਨਾਂ ਨੇ ਆਣਾ ਆ ਇੱਥੇ ਮਟਰ ਕੱਢਣ ਲਈ ਭੇਜਤਾ ਤੁਹਾਨੂੰ ਕੱਢੇ ਤੇ ਹੀ ਖਾਣ ਨੂੰ ਮਿਲਨੇ ਆ ਤਿਆਰ ਹੋ ਹਾਂਜੀ ਹਾਂਜੀ ਤੁਹਾਡਾ ਟਾਈਮ ਸ਼ੁਰੂ ਹੁੰਦਾ ਜੀ ਹੁਣ ਸ਼ਾਬਾਸ਼ ਭਾਜੀ ਸ਼ਾਬਾਸ਼ ਸਾਡਾ ਵਧੀਆ ਕੰਮ ਹੈ ਅਸੀਂ ਜੋ ਲੰਚ ਬਣਾਉਣਾ ਹੁੰਦਾ ਇੱਥੇ ਲੈ ਆਈਦਾ ਪਹਿਲਾਂ ਦੁਪਹਿਰੇ ਲੰਚ ਆਪਾਂ ਨੂੰ ਭਾਜੀ ਮਟਰ ਪਨੀਰ ਮਿਲਣਾ ਠੀਕ ਹੈ ਜੀ ਜਲਦੀ 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 ਚਲੋ ਭਾਜੀ ਆਖਰੀ 20 ਸੈਕਿੰਡ ਰਹਿ ਗਏ ਜੀ ਫਟਾਫਟ ਚਲੋ ਚਲੋ ਸ਼ਾਬਾਸ਼ ਚਲੋ ਚਲੋ ਆਖਰੀ 7 ਸੈਕਿੰਡ ਰਹਿ ਗਏ ਭਾਜੀ 5 4 ਇੱਕ ਹੋਰ ਕੱਢ ਦੇ ਫਟਾਫਟ ਜਲਦੀ ਇੱਕ ਕੱਢ ਦੇ ਜਲਦੀ ਜਲਦੀ ਇੱਕ ਟਾਈਮ ਓਵਰ ਭਾਜੀ ਟਾਈਮ ਓਵਰ ਕੀ ਬਾਤ ਹੈ ਬਸ ਭਾਜੀ ਟਾਈਮ ਵੀ ਦੇਖੋ 1 ਮਿੰਟ ਜਦੋਂ ਭੁੱਖ ਲੱਗਦੀ ਉਦੋਂ ਨਹੀਂ ਕਹਿੰਦੇ ਫਟਾਫਟ 1 ਮਿੰਟ 'ਚ ਕੁਛ ਬਣਾ ਕੇ ਖਵਾ ਦਿਓ ਯਾਰ ਭੁੱਖ ਲੱਗੀ ਹੈ ਇਹ ਜਿੰਨੇ ਵੀ ਘਰ ਵਾਲੇ ਜਿੰਨੇ ਵੀ ਮੁੰਡੇ ਆਪਣੀਆਂ ਵੋਟੀਆਂ ਮਾਵਾਂ ਨੂੰ ਕਹਿੰਦੇ ਨਾ 1 ਮਿੰਟ 'ਚ ਬਣਾ ਕੇ ਖਵਾ ਦੇ ਕੁਛ ਆ 1 ਮਿੰਟ 'ਚ ਇੰਨੇ ਕੁ ਮਟਰ ਨਿਕਲਦੇ ਨੇ ਆਪ ਕੱਢੋ ਤਾਂ ਉੱਧਰ ਜ਼ਿਆਦਾ ਨੇ ਉਹ ਫਿਰ ਐਕਸਪਰਟ ਨੇ ਉੱਧਰ ਡਿੱਗ ਵੀ ਗਏ ਕੋਈ ਗੱਲ ਨਹੀਂ ਡਿੱਗੇ ਫਿਰ ਕੀ ਹੋਇਆ ਚਲੋ ਆਪਾਂ ਇਹਨਾਂ ਦਾ ਵੇਟ ਕਰਦੇ ਹਾਂ ਜੀ ਡਿਜੀਟਲ ਕੰਡਾ ਭਾਜੀ ਠੀਕ ਹੈ ਜੀ ਡਿਜੀਟਲ ਮਾਰਕੀਟਿੰਗ ਡਿਜੀਟਲ ਕੰਡਾ ਐ ਰੱਖ ਦੀ ਨਹੀਂ ਆਹ ਵਾਲਾ ਰੱਖੋ ਕਿੰਨੇ ਨੇ ਜੀ 663 ਕੀ ਬਾਤ ਹੈ ਭਾਜੀ ਤੁਸੀਂ ਜਿਹੜੇ ਮਟਰ ਛਿੱਲ ਕੇ ਦਾਣੇ ਕੱਢੇ ਨੇ ਉਹਨਾਂ ਦਾ ਵੇਟ ਹੈ ਜੀ 663 ਗ੍ਰਾਮ ਕੋਲੇ ਦਾ ਵੇਟ ਵਿੱਚ ਪਾ ਕੇ ਠੀਕ ਹੈ ਜੀ 663 ਗ੍ਰਾਮ ਕੋਲੇ ਦਾ ਵੇਟ ਵਿੱਚ ਪਾ ਕੇ ਕੀ ਬਾਤ ਹੈ ਜ਼ੋਰਦਾਰ ਤਾੜੀਆਂ ਕੀ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਕਿ ਉਹ ਤੁਹਾਡੇ ਤੋਂ ਘੱਟ ਦਾਣੇ ਕੱਢਣਗੇ ਹਾਂਜੀ ਕਿਵੇਂ ਲੱਗ ਰਿਹਾ ਬਸ ਲੱਗ ਰਿਹਾ ਉਹ ਤੁਹਾਨੂੰ ਸ਼ਕਲ ਤੋਂ ਇੰਨੇ ਮਸੂਮ ਲੱਗ ਰਹੇ ਨੇ ਕਿ ਉਹ ਜਾਣ ਬੁੱਝ ਕੇ ਤੁਹਾਡੇ ਤੋਂ ਘੱਟ ਦਾਣੇ ਕੱਢਣਗੇ ਇੱਕ ਵਾਰ ਜ਼ੋਰਦਾਰ ਤਾੜੀਆਂ ਦੋਨਾਂ ਵਾਸਤੇ ਜੀ 663 ਗ੍ਰਾਮ ਡੋਂਗੇ ਦਾ ਵੇਟ ਵਿੱਚ ਪਾ ਕੇ ਖਾਲੀ ਡੋਂਗੇ ਦਾ ਪਤਾ ਭਾਰ ਕਿੰਨਾ 600 ਗ੍ਰਾਮ ਭਾਜੀ 63 ਗ੍ਰਾਮ ਮਟਰ ਕੱਢੇ ਜੇ ਕਿਆ ਬਾਤ ਹੈ ਭਾਜੀ ਕਿਆ ਬਾਤ ਹੈ ਆ ਜਿਓ ਭਾਜੀ ਖਾਣ ਮੈਂ ਕਿਹਾ ਬਰਾਤ ਨੇ ਰੋਟੀ ਖਾ ਲੈਣੀ ਇਹਦੇ ਚ ਹਾਂਜੀ ਤੁਸੀਂ ਤਿਆਰ ਹੋ ਜੀ ਹਾਂਜੀ ਕੌਣ ਕੌਣ ਆਏਗਾ ਮਦਰ ਤੇ ਅਸੀਂ ਦੋਨੋਂ ਜਣੇ ਤੁਸੀਂ ਦੋਨੇ ਜਣੇ ਆਓਗੇ ਜੀ ਹਾਂਜੀ ਆ ਜਾਓ ਫਿਰ ਤਾੜੀਆਂ ਤੇ ਮਾਰੋ ਨਾ ਤੁਹਾਡਾ ਸਮਾਂ ਸ਼ੁਰੂ ਹੁੰਦਾ ਜੀ ਹੁਣ ਤਾੜੀਆਂ ਭਾਜੀ ਤਾੜੀਆਂ
ਜਾ ਕੇ ਜਿੱਤਣਗੇ ਹਾਂਜੀ ਜ਼ਰੂਰ ਜਿੱਤੇਗਾ ਬਈ ਜਿੱਤੇਗਾ ਮੰਮੀ ਜਿੱਤੇਗੀ ਜਿੱਤੇਗਾ ਵੀ ਸਾਡੀ ਮੰਮੀ ਜਿੱਤੇਗੀ ਭਾਜੀ ਤੁਹਾਡੇ ਲਈ ਕੋਈ ਨਾਰੇ ਨਹੀਂ ਲਾ ਰਿਹਾ ਕੋਈ ਗੱਲ ਨਹੀਂ ਆਖਰੀ 8 ਸੈਕਿੰਡ 7 6 5 4 3 2 1 ਟਾਈਮ ਓਵਰ ਭਾਜੀ ਟਾਈਮ ਓਵਰ ਜੀ ਮੇਰੇ ਹੱਥ ਤੇ ਕੋਈ ਦਾਣਾ ਹੀ ਨਹੀਂ ਪਾਇਆ ਤੁਸੀਂ ਲਓ ਜੀ ਕੀ ਬਾਤ ਹੈ ਜ਼ੋਰਦਾਰ ਤਾੜੀਆਂ ਜੀ ਭਾਜੀ ਹਾਂਜੀ ਹਾਂਜੀ ਡੋਂਗਾ ਪਾ ਕੇ ਕਿੰਨੇ ਸੀ 663 ਓਏ ਹੋਏ 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 ਕੀ ਲੱਗ ਰਿਹਾ ਕਿੰਨੇ ਨੇ ਜ਼ਿਆਦਾ ਹੀ ਹੋਣਗੇ ਕਿੰਨੇ ਜ਼ਿਆਦਾ 700 ਦੇ ਨੇੜੇ ਤੇੜੇ ਤਾਂ ਹੋਣਗੇ ਜੀ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਫੈਮਿਲੀ ਨੇ ਮਟਰ ਕੱਢੇ ਸਨ 63 ਗ੍ਰਾਮ ਗੁਰਸ਼ਰਨ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਮਟਰ ਦੇ ਦਾਣੇ ਕੱਢੇ ਨੇ ਜੀ 64 ਗ੍ਰਾਮ ਇੱਕ ਵਾਰ ਜ਼ੋਰਦਾਰ ਤਾੜੀਆਂ